ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਸ਼ੰਭੂ ਮੋਰਚੇ ਤੇ ਡਟੇ ਬਜ਼ੁਰਗਾ ਕਿਸਾਨ ਦੀ ਮੌਤ ਸਾਂ ਦੋਸਤੋ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੇ ਚੱਲਦੇ ਪੰਜਾਬ ਹਰਿਆਣਾ ਦੇ ਸ਼ੰਭੂ ਹੱਦ ਦੇ ਉੱਤੇ ਡਾਟੇ ਬਜ਼ਾਰਗਾ ਕਿਸਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਟਾਲਾ ਪੁਲਿਸ ਅਧੇਨ ਪੈਂਦੇ ਪਿੰਡ ਚਾ ਕੋਕੀ ਦੇ ਰਹਿਣ ਵਾਲੇ 78 ਸਾਲਾ ਗੈਣ ਸਿੰਘ ਪੁੱਤਰ ਗੁੱਜਰ ਸਿੰਘ 11 ਫਰਵਰੀ ਨੂੰ ਕਰੋ ਰਵਾਨਾ ਹੋਏ ਸੀ। 14 ਫਰਵਰੀ ਨੂੰ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਮੈਦੂਰਾ ਮੋਰਚਾ ਦੇ ਨਾਲ ਸੰਬੰਧ ਅਸੀਂ ਸ਼ੰਭੂ ਸਰਹੱਦ 'ਤੇ ਦੇਰ ਰਾਤ ਨਹੰਗ ਦੇ ਵੱਜੇ ਗੋਲੇ ਮੱਚੇ ਭਗੜੜ ਵੇਖੋ ਹੁਣ ਹਾਲਤ ਤਾਂ ਦੋਸਤੋ ਕਿਸਾਨਾਂ ਆਗੂਆਂ ਤੇ ਕੇਂਦਰੀ ਮੰਤਰੀਆਂ ਦੇ ਵਿਚਕਾਰ ਤੀਜੇ ਗੇੜ ਦੇ ਮੀਟਿੰਗਾਂ ਬੇਸ ਟੜ ਰਹੀ ਹੈ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਕਿ ਦਿਨ ਭਰ ਸ਼ਾਂਤੀ ਤੋਂ ਬਾਅਦ ਜਿੱਥੇ ਦੇਰ ਰਾਤ ਸ਼ੰਭੂ ਸਰਹੱਦ 'ਤੇ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ ਨਹੰਗ ਸੰਗਤ ਦੇ ਪੱਟ ਵਿੱਚ ਰਬੜ ਦੇ ਗੋਲੇ ਵੱਜਣ ਦੀ ਵੱਡੀ ਖਬਰ ਮਿਲੀ ਹੈ ਅਰਦਾ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਤੇ ਇਹਦਾ ਇੱਕ ਵੀਡੀਓ ਤੇ ਜਿੱਦ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ। ਮਿਲੇ ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲ ਲਗਾਤਾਰ ਕਿਸਾਨ ਨੂੰ ਰੋਕਣ ਦੇ ਲਈ ਅਤਿਰਗਤ ਦੇ ਗੋਲੇ ਛਾੜ ਰਹੀ ਹੈ ਦੱਸਿਆ ਜਾ ਰਿਹਾ ਕਿ ਕਗਰ ਪੁਲ ਤੇ ਬੈਰੀਕੇਡ ਨੇੜੇ ਜਾ ਕੇ ਕੌਜਾ ਨਹੰਗਾ ਪੁਲਿਸ ਮਲਾਇਮਾਂ ਨੂੰ ਲਲਕਾਰ ਤੇ ਬਹੁਤ ਸਮੇਂ ਤੱਕ ਸਮਝਾਉਣ ਤੋਂ ਬਾਅਦ ਜਦੋਂ ਉਹ ਨਾ ਮੰਨੇ ਤਾਂ ਪੁਲਸ ਨੇ ਅਥਰੂਗਾਇ ਦੇ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਉਹਨਾਂ ਨੂੰ ਭਜਾ ਦਿੱਤਾ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟਾ ਵਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। 15 ਦਿਨਾਂ ਦੇ ਵਿੱਚ ਆ ਖਤਮ ਹੋ ਜਾਵੇਗਾ ਕਿਸਾਨ ਅੰਦੋਲਨ। ਘਰ ਪਰਤਣਗੇ ਕਿਸਾਨ ਇਹ ਹੈ ਵੱਡਾ ਕਾਰਨ। ਤਾਂ ਦੋਸਤੋ ਕਿਸਾਨ ਅੰਦੋਲਨ ਦਾ ਕੱਲ ਤੀਜਾ ਦਿਨ ਸੀ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਕਿਸਾਨ ਇਕੱਠੇ ਹੋਏ ਹਣ ਤੇ ਦੋ ਦਿਨਾਂ ਤੱਕ ਆ ਕਿਸਾਨਾਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਟਕਰਾ ਰਿਆ ਦਿੱਲੀ ਅਤੇ ਹਰਿਆਣਾ ਦੀਆਂ ਦੋ ਵੱਡੀਆਂ ਸਰਹੱਦਾਂ ਤੇ ਵਾਹਨਾਂ ਦੀ ਆਵਾਜਾਈ ਬੰਦ ਹੈ ਜਦਕਿ ਦਿੱਲੀ ਦੀਆਂ ਅਹਿਮ ਥਾਵਾਂ ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ ਹਰਿਆਣਾ ਦੇ ਨਾਲ ਲੱਗਦੀਆਂ ਦੋ ਸਰਹੱਦਾਂ ਟਿਕਰੀਆ ਤੇ ਸਿੰਘੂ ਨੂੰ ਬੰਦ ਕਰ ਦਿੱਤਾ ਗਿਆ ਜਦੋਂ ਕਿ ਯੂਪੀ ਦੇ ਨਾਲ ਲੱਗਦੀ ਗਾਜੀਪੁਰ ਸਰਹੱਦ ਤੇ ਸੁਰੱਖਿਆ ਕਰਮਚਾਰੀਆਂ ਦੇ ਨਿਗਰਾਨੀ ਦੇ ਹੇਠ ਆਵਾਜ਼ਾਈ ਜਾਰੀ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਮੀਟਿੰਗ ਹੋਈਆ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਪਰ ਫਿਰ ਵੀ ਅਗਲੇ 15 ਦਿਨਾਂ ਦੇ ਵਿੱਚ ਖਤਮ ਹੋ ਸਕਦਾ ਇਹ ਅੰਦੋਲਨ ਜਾਣੋ ਕਿਵੇਂ ਦਰਸਲ ਹੜੀ ਦੀਆਂ ਪ੍ਰਮੁੱਖਾ ਫਸਲਾਂ ਦੇ ਵਿੱਚੋਂ ਇੱਕ ਕਣਕ ਦੀ ਬਾਢੀ ਦਾ ਸਮਾਂ ਹੌਲੀ-ਹੌਲੀ ਨੇੜੇ ਆ ਰਿਹਾ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੋਂ ਦੇ ਕਿਸਾਨ ਸਮੇਂ ਸਰ ਕਣਕ ਦੀ ਬਜਾਈ ਕਰਦੇ ਹਨ ਤੇ ਅਜਾਈ ਸਥਿਤੀ ਵਿੱਚ ਆ ਉਨ੍ਹਾਂ ਦੀ ਫਸਲਾਂ ਮਾਰਚ ਮਹੀਨੇ ਵਿੱਚ ਕਟਾਈ ਦੇ ਲਈ ਤਿਆਰ ਹੋ ਜਾਂਦੇ ਆ ਅਜਿਹੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਹੜਤਾਲ ਤੇ ਬੈਠਦੀਆਂ ਹਨ ਤਾਂ ਵੀ ਉਹ ਆਪਣਾ ਅੰਦੋਲਨ 15 ਦਿਨਾਂ ਤੋਂ ਬਾਅਦ ਨਹੀਂ ਵਧਾ ਸਕਣਗੀਆਂ ਉਨ੍ਹਾਂ ਨੂੰ ਆਪਣੀਆਂ ਫਸਲਾਂ ਕਾਰਨ ਕਰ ਪ੍ਰਾਰਥਨਾ ਪਵੇਗਾ ਤੇ ਇਸ ਵਿੱਚ ਵੱਡੇ ਅਤੇ ਛੋਟੇ ਕਿਸਾਨ ਨੂੰ ਆਪਣੇ ਖੇਤਾਂ ਦੇ ਵੱਲ ਮੁੜਨਾ ਪਵੇਗਾ ਕੀ ਹਨ ਕਿਸਾਨਾਂ ਦੀ ਮੰਗਾਂ ਕਿਸਾਨ ਸੁਭਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਕਾ ਟੋਕਾ ਟਸ ਮਾਰਥਨ ਮੌਲ ਬਾਰੇ ਕਾਨੂੰਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਲਈ ਪੈਨਸ਼ਨ ਕਿਸਾਨ ਕਰਜ਼ਾ ਮਾਫੀ ਪੁਲਿਸ ਕੇਸ ਬਾਬਸ ਲੈਣ ਅਤੇ ਲਕੀਮਪੁਰ ਖੇੜੀ ਹੰਸਾ ਦੇ ਪੀੜਤਾਂ ਨੂੰ ਇਨਸਾਫ ਦਵਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਹਨ ਕਾਰ ਦਾ ਟਾਇਰ ਫਟਣ ਕਾਰਨ 6 ਦੋਸਤਾਂ ਦੇ ਨਾਲ ਵਾਪਰਿਆ ਵੱਡਾ ਹਰਸਾ 5 ਦੇ ਮੌਤ ਜੇ ਆਂ ਦੋਸਤੋ ਫਰੋਇ ਪਰ ਜ਼ਿਲ੍ਹੇ ਦੇ ਕਸਬਾ ਮਕੂ ਨੇੜੇ ਬੀਤੀ ਸ਼ਾਮ ਵਾਪਰਿਆ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਹਰਸਿਦ ਦੀ ਸੂਚਨਾ ਮਿਲਦੇ ਮੌਕੇ ਤੇ ਪਹੁੰਚੇ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਬਜ਼ੇ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਸਵਿਫਟ ਕਾਰ ਟਾਇਰ ਫਟਣ ਦੇ ਕਾਰਨ ਬੇਕਾਬੂ ਹੋ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਦੇ ਅਨੁਸਾਰ ਜੀਰਾ ਤੋਂ ਸਵਿਫਟ ਕਾਰ ਪੀਵੀ 29ਐਕਸ 3133 ਮਕੂ ਬਲ ਜਾਰੀ ਸੀ ਜੱਸ ਵਾਚ 6 ਨੌਜਵਾਨ ਸਨ ਇਸ ਦੇ ਦਰਨਕਾਰ ਬਿਕਾਬ ਹੋ ਕੇ ਨੈਸ਼ਨਲ ਹਾਈਵੇ 54 ਤੇ ਪਿੰਡ ਖੰਡੂਰ ਆ ਨੇੜੇ ਕਰਾਉਣਾ ਕੈਸਲ ਮੈਰਿਜ ਪੈਲੇਸ ਦੇ ਕੰਧ ਦੇ ਨਾਲ ਟਕਰਾ ਕੇ ਪਲਟ ਗਏ ਜੱਸ ਵਾਚ ਪੰਜ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਇੱਕ ਨੂੰ ਗੰਭੀਰ ਜਾਖਮੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਚ ਮੌਸਮਾ ਮੋੜ ਲਵੇਗਾ ਕਾਰਬਟਾ 18 ਤੋਂ 21 ਫਰਵਰੀ ਤੱਕ ਬਾਰਿਸ਼ ਦਾ ਅਲਰਟ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਠੰਡ ਵਧਣ ਦੀ ਸੰਭਾਵਨਾ ਪੱਛਮੀ ਗੜਬੜੀ ਦੇ ਕਾਰਨ ਸਵੇਰ ਵੇਲੇ ਮੀਂਹ ਪੈਣ ਦੀ ਸੰਭਾਵਨਾ ਵੱਧ ਗਈ ਹੈ ਮੌਸਮਾ ਵਿਭਾਗ ਦੇ ਅਨੁਸਾਰ 18 ਤੋਂ ਲੈ ਕੇ 21 ਫਰਵਰੀ ਤੱਕ ਸਵੇਰ ਦੇ ਜ਼ਿਆਦਾਤਰ ਹਿੱਸੇ ਵਿੱਚ ਬਾਰਿਸ਼ ਅਤੇ ਗਰਜ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ ਮੀਂਹ ਦੇ ਨਾਲ ਪਹਿਲਾ ਬਾਂਗ ਠੰਡ ਵਾ ਸਕਦੇ ਹਾਸਲ ਜਾਣਕਾਰ ਦੇ ਮੁਤਾਬਕ 17 ਫਰਵਰੀ ਤੋਂ ਨਵੇਂ ਵੈਟਰਨ ਡਿਸਟਰਬੈਂਸ ਦੇ ਆਉਣ ਦੇ ਨਾਲ ਸੂਬੇ ਦੇ ਵਿੱਚ ਮੌਸਮ ਦਾ ਪੈਟਰਨ ਫਿਰ ਤੋਂ ਬਦਲ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ 18 ਫਰਵਰੀ ਤੋਂ ਮੌਸਮ ਬਦਲੇਗਾ ਤੇ ਇਹ ਅਸਰ 21 ਫਰਵਰੀ ਤੱਕ ਰਹਿ ਸਕਦਾ ਹੈ। ਦੇ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ بارش ਹੋ ਸਕਦੀ ਹੈ। ਅਗਲੀ ਖਬਰ ਹੈ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਬੇਸਟਾ ਰਹਿਣ ਮੰਗਰੋ ਅੱਜ ਇੱਕ ਸਨ ਦਾ ਵੱਡਾ ਐਕਸ਼ਨ। ਯਾ ਦੋਸਤੋ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਉਹੀ ਤੀਜੇ ਦੌਰ ਦੀ ਗੱਲਬਾਤ ਬੇਸ ਠਹਿ ਰਹਿਣ ਮਗਰੋਂ ਕਿਸਾਨ ਦੇ ਬੈਚਾਰੂ ਵੱਧ ਗਿਆ ਹੈ। ਬੇਸ਼ੱਕ ਕਿਸਾਨ ਲੀਡਰਾਂ ਤੇ ਕੇਂਦਰ ਦੇ ਨਾਲ ਗੱਲਬਾਤ ਰਾਹੀਂ ਮੁੱਦੇ ਹੱਲ ਕਰਨ ਦੇ ਲਈ ਰਾਜੀ ਹਨ ਪਰ ਹਰਿਆਣਾ ਦੀਆਂ ਹੱਦਾਂ ਦੇ ਉੱਪਰ ਇਕੱਠੇ ਹੋਏ ਵੱਡੀ ਗਿਣਤੀ ਨੌਜਵਾਨ ਕਿਸਾਨ ਹੁਣ ਦਿੱਲੀ ਜਾਣ ਦੇ ਲਈ ਕਾਲੇ ਹੰਤੇ ਇਸ ਲਈ ਅੱਜ ਸ਼ੰਭੂ ਤੇ ਖਨੋਰੀ ਸਰਾਧਾ ਤੇ ਮਾਹੌਲ ਕਾਫੀ ਗਰਮ ਨਜ਼ਰ ਆ ਰਿਹਾ ਹੈ। ਉੱਤਰ ਪੰਜਾਬ ਦੇ ਕਿਸਾਨਾਂ ਦਲੇ ਮਾਰਚ ਦਾ ਅੱਜ ਆ ਚੌਥਾ ਦਿਨ ਹੈ ਸੰਜਗਤ ਕਿਸਾਨ ਮੋਰਚਾ ਤੇ ਮਜ਼ਦੂਰਾ ਜੂਨੀਅਨ ਨੇ ਅੱਜ ਭਾਰਤਾਂ ਬੰਦ ਦਾ ਸੱਦਾ ਦਿੱਤਾ ਹੈ ਤੇ ਹੁਣ ਹਰਿਆਣਾ ਵਿੱਚ ਵੀ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਗਿਆ ਬੀਕੇਯੂ ਚੜੂਨੀ ਦੇ ਵਰਕਰ ਅੱਜ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਹਰਿਆਣਾ ਦੇ ਸਾਰੇ ਟੋਲ ਫ੍ਰੀ ਕਰਨਗੇ ਤੇ ਅੱਜ ਮਾਹੌਲ ਕਾਫੀ ਤਣਾਅਪੂਰਨ ਬਣਨ ਵਾਲਾ ਹੈ ਕਿਸਾਨਾਂ ਤੇ ਸਰਕਾਰ ਵਿਚਾਲੇ ਹੋਈ ਤੀਜੇ ਦੌਰ ਦੀ ਮੀਟਿੰਗ ਅਮਰ ਬੇਸਟਾ ਐਂਤਵਾਰ ਨੂੰ ਮੜ ਹੋਵੇਗੀ ਬੈਠਕਾ ਜੀਹਾਂ ਦੋਸਤੋ ਚੰਡੀਗੜ੍ਹ ਦੇ ਵਿੱਚ ਬੀਤੀ ਰਾਤ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਤੀਜੇ ਦੌਰ ਦੀ ਗੱਲਬਾਤ ਵੀ ਬੇਸਟਾ ਰਹੀ ਇਹ ਮੀਟਿੰਗ ਰਾਤ 8 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਚੱਲੀ ਹੈ ਜਾਣਕਾਰ ਦੇ ਮੁਤਾਬਕ ਸਰਕਾਰ ਨੇ ਘਟੋ ਘਾਟ ਸਮਰਥਨ ਮੌਲਤ ਤੇ ਕਾਨੂੰਨ ਬਣਾਉਣ ਦੇ ਲਈ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਜਸਵੇ ਚਾ ਕਿਸਾਨਾਂ ਤੇ ਸਰਕਾਰ ਦੋਵਾਂ ਦੇ ਪ੍ਰਤੀਨਿਧੀ ਹਣਗੇ ਹੁਣ ਐਤਵਾਰ ਨੂੰ ਮੜਾ ਚੌਥੇ ਦੌਰ ਦੇ ਮੀਟਿੰਗ ਹੋਵੇਗੀ ਤੇ ਉਦੋਂ ਤੱਕ ਦੋਵਾਂ ਤਰ੍ਹਾਂ ਨੇ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤਾ ਹੈ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਂਦਰੀ ਮੰਤਰੀ ਅਰਜਨ ਮੁੰਡਾ ਪਿਊਸ਼ ਗੋਇਲਾ ਨਤਿਆਨੰਦ ਰਾਏ ਵੀ ਮੌਜੂਦ ਸਨ ਅਗਲੀ ਖਬਰਾਂ SKM ਨੇ ਭਾਰਤ ਬੰਦ ਦੌਰਾਨ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟ ਅਲਰਟ ਤੇ ਪੰਜਾਬ ਪੁਲਿਸ ਤਾਂ ਦੋਸਤੋ ਸੰਜਗਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਵੱਲੋਂ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਸਵੇਰ ਦੁਪਹਿਰ ਨੂੰ ਚੰਗੀਆਂ ਕਿਸਾਨ ਜੱਟ ਬੰਨੀਆਂ ਟ੍ਰੇਡ ਯੂਨੀਅਨਾਂ ਉਦਯਾਰਤਾਂ ਸੰਗਠਨਾ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ ਕਿਸਾਨਾਂ ਅੰਦੋਲਨ ਕਾਰਨ ਪਹਿਲਾਂ ਹੀ ਤਣਾਅ ਵਾਲੀ ਸਥਿਤੀ ਦੇ ਮੱਦੇ ਨਜ਼ਰ ਪਹਿਲਾਂ ਹੀ ਅਲਰਟ ਆ ਪੰਜਾਬ ਪੁਲਿਸ ਨੇ ਸੁਰੱਖਿਆ ਤੇ ਪਖਤਾ ਇੰਤਜ਼ਾਮ ਕੀਤੇ ਹਨ ਹਾਲਾਂਕਿ ਕਿਸਾਨ ਆਗੂ ਨੇ ਕਹਿਣਾ ਕਿ ਬੰਦ ਦਰਾਂ ਐਮਬੂਲੈਂਸਾਂ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਅਤੇ ਵਿਆਹ ਸਮਾਗਮ ਦੇ ਵਿੱਚ ਜਾਣ ਵਾਲੇ ਵਿਅਕਤੀਆਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇ ਉਧਰ ਸਵੇਰੇ ਦੇ ਕਾਰਜਕਾਰੀ ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਪੁਲਿਸ ਕਮਿਸ਼ਨਰਾਂ ਨੂੰ ਸਟਾਫ ਸਮੇਤ ਫੀਲਡ ਵਿੱਚ ਰਹਿੰਦਿਆਂ ਹਦਾਇਤਾਂ ਦਿੱਤੀਆਂ ਹਨ ਹਾਲਾਂਕਿ ਪੁਲੈਸਾਂ ਕਿਸੇ ਵੀ ਸਥਿਤੀ ਦੇ ਨਾਲ ਨਿਯੰਤਰਣ ਦੇ ਲਈ ਪੂਰੇ ਤਰ੍ਹਾਂ ਤਿਆਰ ਹੈ ਪਰ ਇਹਦੇ ਬਾਵਜੂਦ ਦਾ ਕਿਸਾਨ ਜੱਥੇਬੰਦ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਸ਼ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਸਵੇਰ ਸਰਕਾਰ ਨੇ ਨਹੀਂ ਦਿੱਤੇ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼। ਕੇਂਦਰੀ ਗ੍ਰਹਿ ਮੰਤਰਾਲੇ ਨੇ 16 ਫਰਵਰੀ ਤੱਕ ਪਟਿਆਲਾ ਫਤਿਹਗੜ੍ਹ ਸਹਿਬ ਅਤੇ ਸੰਗਰੂਰ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਸੂਬਾ ਸਰਕਾਰ ਦੇ ਵੱਲ ਇੰਟਰਨੈਟ ਬੰਦ ਕਰਨ ਸੰਬੰਧੀ ਕੋਈ ਦੇਸ਼ ਨਿਰਦੇਸ਼। ਜਾਰੀ ਨਹੀਂ ਕੀਤੇ ਗਏ ਹਨ ਅੱਜ ਭਾਰਤ ਬੰਦਾ ਟ੍ਰੈਫਿਕ ਦਾ ਜਾਮ ਰਹੇਗਾ ਕਰੋ ਨਿਕਲਣ ਤੋਂ ਪਹਿਲਾਂ ਜਾਣੋ ਕਿਸਾਨ ਅੰਦੋਲਨ ਦੀਆਂ ਇਹ ਅਪਡੇਟਸ ਜੀ ਆਹ ਦੋਸਤੋ ਕਿਸਾਨਾਂ ਤੇ ਸਰਕਾਰ ਵਿਚਾਲੇ ਟਕਰਾਅ ਵਾਧਦਾ ਜਾ ਰਿਹਾ ਪੰਜਾਬ ਦੇ ਵਿੱਚ ਚਾ ਰੇਲਾਂ ਨੂੰ ਰੋਕਣਾ ਤੇ ਟੋਲ ਫਰੀ ਕਰਨ ਤੋਂ ਬਾਅਦ ਹੁਣ ਸੰਜੋਗਤ ਕਿਸਾਨ ਮੋਰਚਾ ਨੇ ਗ੍ਰਾਮੀਨ ਭਾਰਤ ਬੰਦ ਦਾ ਐਲਾਨ ਕੀਤਾ ਹੈ ਟਰੇਡ ਜੁਨੀਆ ਦੇ ਸਹਿਯੋਗ ਦੇ ਨਾਲ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਖੇਤੀਬਾੜੀ ਦੇ ਸਾਰੇ ਕੰਮ ਬੰਦ ਕੰਮ ਨਹੀਂ ਕੀਤੇ ਜਾਣਗੇ ਪਿੰਡਾਂ ਦੀਆਂ ਦੁਕਾਨਾਂ ਬਾਜ਼ਾਰ ਅਤੇ ਕਾਰੋਬਾਰ ਵੀ ਬੰਦ ਰਹਿਣਗੇ ਇਸ ਤੋਂ ਇਲਾਵਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ਼ ਭਰ ਦੀਆਂ ਪ੍ਰਮੁੱਖ ਸੜਕਾਂ ਤੇ ਟ੍ਰੈਫਿਕ ਜਾਮ ਰਹੇਗਾ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਟੂਲ ਨਹੀਂ ਲੱਗੇਗਾ ਸ਼ਨੀਵਾਰ ਨੂੰ ਟਰੈਕਟਰ ਪ੍ਰੇਡ ਵੀ ਹੋਵੇਗੀ ਸੰਜਕਤ ਕਿਸਾਨ ਮੋਰਚਾ ਗੈਰ ਸਿਆਸੀ ਦਬੂਲ ਪੰਜਾਬ ਤੇ ਹਰਿਆਣਾ ਸਰਾਧ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੁਣ ਸੰਜਕਤ ਕਿਸਾਨ ਮੋਰਚਾ ਵੀ ਇਸ ਵਿੱਚ ਸ਼ਾਮਲਾ ਹੋ ਗਿਆ ਹੈ ਦੇਸ਼ ਭਰ ਦੇ ਵਿੱਚ ਚੱਕਾ ਜਾਮ ਅਤੇ ਪਿੰਡੂ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਹੈ ਸੰਜੋਗ ਤੱਕ ਸਾਨ ਮੋਰਚਾ ਦੇ ਗੁਰਨਾਮ ਸਿੰਘਾ ਚੜੂਨੀ ਨੇ ਦੱਸਿਆ ਕਿ ਗ੍ਰਾਮੀਣਾ ਭਾਰਤ ਬੰਦ ਦੌਰਾਨ ਖੇਤੀਬਾੜੀ ਦੇ ਕੰਮ ਮਨਰੇਗਾ ਤਹਿਤ ਚੱਲ ਰਹੇ ਕੰਮ ਨਿੱਜੀ ਦਫ਼ਤਰ ਪਿੰਡਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਹਾਲਾਂਕਿ ਐਂਬੂਲੈਂਸ ਆਪਰੇਸ਼ਨ ਅਖਬਾਰ ਵੰਡਣ ਵਿਆਹਾਂ ਮੈਡੀਕਲ ਦੁਕਾਨਾਂ ਤੇ ਪ੍ਰੀਖਿਆਵਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਰੋਕਿਆ ਨਹੀਂ ਜਾਵੇਗਾ ਭਾਰਤ ਬੰਦ ਅੱਜ 16 ਫਰਵਰੀ ਨੂੰ ਬੱਸਾਂ ਨਹੀਂ ਚੱਲਣਗੀਆਂ ਜਿहां ਦੋਸਤੋ ਸੰਜਗਤ ਕਿਸਾਨ ਮੋਰਚੇ ਦੇ ਸਦ ਤੇ ਭਾਰਤ ਬੰਦ ਅੱਜ 16 ਫਰਵਰੀ ਨੂੰ ਹੋਵੇਗਾ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਮੁਲਾਜ਼ਮਾਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ 3000 ਬੱਸਾਂ ਅੱਜ ਸੜਕਾਂ ਤੇ ਨਹੀਂ ਦੌੜਨਗੀਆਂ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਬੰਦ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੰਮ ਕਮਲ ਬੰਦ ਰਹੇਗਾ